ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਵਿਖੇ ਪੀਏਯੂ ਯੂਨੀਵਰਸਿਟੀ ਪਹੁੰਚੇ। ਇਸ ਦੌਰਾਨ ਭਗਵੰਤ ਮਾਨ ਵੱਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ, ਜਿਸ ਤੋਂ ਬਾਅਦ ਸੀਐਮ ਮਾਨ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਸੀਐਮ ਮਾਨ ਵੱਲੋਂ ਵੱਡਾ ਐਲਾਨ ਕਰਦੇ ਹੋਏ ਮਿੱਲਾਂ ਨੂੰ ਹੁਕਮ ਦਿੱਤੇ ਗਏ ਨੇ ਕਿ ਉਹ ਕਿਸਾਨਾਂ ਦੀ ਬਕਾਇਆ ਰਾਸ਼ੀ ਜਾਰੀ ਕਰਨ। ਸੀਐਮ ਮਾਨ ਨੇ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਖਰਾਬ ਨਹੀਂ ਹੋਣ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਇੱਥੇ ਹਰ ਤਰ੍ਹਾਂ ਦੇ ਮਾਹਰ ਮੌਜੂਦ ਹਨ, ਉਹਨਾਂ ਤੋਂ ਸਲਾਹ ਮਸ਼ਵਰਾ ਲੈ ਕੇ ਹੀ ਖੇਤੀਬਾੜੀ ਕੀਤੀ ਜਾਵੇ। ਸਰ, ਮੈਂ ਮੁਕਤਸਰ ਜ਼ਿਲ੍ਹੇ ਦਾ ਸ਼ਰਿੰਪ ਫਾਰਮਿੰਗ ਕਰਦੇ ਹਾਂ। ਸਾਡੇ ਪਹਿਲਾਂ ਮੱਛੀ ਕਰ ਰਹੇ ਸੀ, 95 95 ਤੋਂ ਸਾਡੇ ਉਂਦਰ ਸੇਮ ਹੈ, ਹੋਰ ਕੋਈ ਫਸਲ ਨਹੀਂ ਹੁੰਦੀ, ਮੱਛੀ ਸਾਡੇ ਹੋਈ ਨਹੀਂ ਖਾਰੇ ਪਾਣੀ ਕਰ। ਮੈਨੂੰ ਪਤਾ, ਹਾਂਜੀ, ਹੁਣ ਅਸੀਂ ਸ਼ਰਿੰਪ ਕਰ ਰਹੇ ਹਾਂ। ਸਾਨੂੰ ਜਿਹੜੀ ਪ੍ਰੋਬਲਮ ਆ ਵੀ ਸਰ, ਸਾਨੂੰ ਬਿੱਲ ਬਹੁਤ ਜ਼ਿਆਦਾ ਆ ਰਹੇ, ਸਾਨੂੰ ਕਮਰਸ਼ੀਅਲ ਜੋੜਿਆ ਗਿਆ ਜੀ। 2017 ਦੇ ਐਕਟ ਦੇ ਹਿਸਾਬ ਨਾਲ ਜੀ ਸਾਨੂੰ ਖੇਤੀਬਾੜੀ 'ਚ ਜੋੜਿਆ ਗਿਆ ਸੀ, ਪਰ ਸਾਨੂੰ ਮੰਨ ਨਹੀਂ ਰਹੇ ਜੀ। ਸਾਨੂੰ ਇਹ ਫਿਰ ਇੱਕ ਇੱਕ ਲੱਖ ਹੈਕਟੇਅਰ ਇੱਕ ਜ਼ਿਲ੍ਹੇ 'ਚ ਸਾਡਾ ਖਾਲੀ ਪਿਆ ਜੀ। ਜੇ ਸਾਡਾ ਤੁਸੀਂ ਇਹ ਉਪਰਾਲਾ ਕਰਦੇ ਹੋ, ਸਾਨੂੰ ਐਗਰੀਕਲਚਰ ਜੋੜੇ ਉਹ ਯੂਨਿਟ ਪਵੇ, ਬਿਜਲੀ ਮਾਫ਼ ਹੋਵੇ, ਅਸੀਂ ਬਹੁਤ ਜ਼ਿਆਦਾ ਸੌਖੀ ਰੋਟੀ ਖਾਵਾਂਗੇ। ਹਾਂਜੀ ਹਾਂਜੀ, ਇੱਕ ਇੱਕ ਲੱਖ ਹੈਕਟੇਅਰ ਖਾਲੀ ਪਿਆ ਜੀ ਸਾਡਾ ਜਿਹੜਾ। ਪਰ ਜੇ ਤੁਹਾਡੇ ਤੁਸੀਂ ਬਹੁਤ ਮਿਹਰਬਾਨੀ, ਸਾਨੂੰ ਇਹ ਮੌਕਾ ਦਿੱਤਾ, ਅਸੀਂ ਕਦੇ ਸੋਚਿਆ ਨਹੀਂ ਪਰ ਜੇ ਸਾਡਾ ਇਹ ਹੱਲ ਕਰ ਦਿਓ ਵੀ ਮੈਨੂੰ ਸਾਰਿਆਂ ਨੇ ਅੱਗੇ ਲਾਇਆ ਹੋਇਆ ਜੀ। ਅਸੀਂ 10-15 ਦਿਨਾਂ ਚ ਤੁਹਾਨੂੰ ਕੱਲਿਆਂ ਨੂੰ ਵੀ ਬੁਲਾ ਲਾਂਗੇ ਚੰਡੀਗੜ੍ਹ, ਤੁਸੀਂ ਆਪਣੇ ਨੁਮਾਇੰਦੇ ਭੇਜ ਦਿਓ, ਫਿਰ ਆਪਾਂ ਉਸ ਹਿਸਾਬ ਨਾਲ ਜਿਹੜੇ ਫੈਸਲੇ ਕਰਨੇ ਨੇ। ਜ਼ਰੂਰਤ ਪਈ ਤਾਂ ਤੁਹਾਨੂੰ 10 ਦਿਨਾਂ ਦੇ ਵਿੱਚ ਦੁਬਾਰੇ ਬੁਲਾ ਲਾਂਗੇ, ਤੁਹਾਨੂੰ ਤੁਹਾਡੀ ਐਸੋਸੀਏਸ਼ਨ ਨੂੰ ਬੁਲਾ ਲਾਂਗੇ, ਤੁਸੀਂ ਆਪਣੇ ਸੁਝਾਅ ਲੈ ਕੇ। ਸਰ, ਮੇਰੀ ਇਹੀ ਰਿਕੁਐਸਟ ਸੀ, ਹੁਣ ਤੁਹਾਡਾ ਕੋਲ ਟਾਈਮ ਨਹੀਂ, ਮੈਂ ਤੁਹਾਨੂੰ ਰੋਕਾਂਗਾ ਨਹੀਂ, ਸਾਨੂੰ ਅਲੱਗ ਤੋਂ ਇੱਕ 10 ਮਿੰਟ 15 ਮਿੰਟ ਦਾ ਟਾਈਮ ਤੁਹਾਨੂੰ ਚਾਹੀਦਾ। ਨਹੀਂ, 10-15 ਮਿੰਟ ਤਾਂ ਨਹੀਂ ਮਿਲਣੇ, ਅੱਧਾ ਘੰਟਾ ਮਿਲਣਾ। ਜੈਵਿਕ ਖਾਦ ਹੁੰਦੀ ਹੈ ਜਿਹੜੀ ਪੋਲਟਰੀਆਂ ਦੀ ਹੈ, ਉਹ ਪ੍ਰੇਰਿਤ ਕੀਤਾ ਜਾਵੇ ਕਿਸਾਨਾਂ ਨੂੰ, ਉਹ ਪਾਈ ਜਾਵੇ, ਉਹਦੇ ਨਾਲ ਕੈਮੀਕਲ ਖਾਦ ਹੈ ਜਿਹੜੀ ਉਹ ਬਹੁਤ ਘੱਟ ਜਾਏਗੀ। ਅਤੇ ਸਾਨੂੰ ਕੁਛ ਯੂਨੀਵਰਸਿਟੀ ਵੱਲੋਂ ਕਿਹੋ ਜਿਹੀਆਂ ਗਾਈਡਲਾਈਨ ਦਿੱਤੀਆਂ ਜਾਣ ਕਿ ਅਸੀਂ ਉਹਨੂੰ ਬੈਟਰ ਤਰੀਕੇ ਨਾਲ ਕਰ ਸਕੀਏ। ਇੱਕ ਮੁੱਦਾ ਸਰ, ਇੱਕ ਥੋੜ੍ਹਾ ਜਿਹਾ ਧਰਨੇ ਵਾਲਾ ਬਹੁਤ ਉਹ ਹੈ, ਕੁਛ ਸ਼ਰਾਰਤੀ ਅਨਸਰ ਹੁੰਦੇ ਨੇ ਪਿੰਡਾਂ ਦੇ ਵਿੱਚ, ਇੱਕ ਦੋ ਉਹ ਆ ਕੇ ਮੱਖੀ ਦੇ ਨਾਂ ਦੇ ਉੱਤੇ ਸਾਡੇ ਫਾਰਮਾਂ ਨੂੰ ਬੰਦ ਕਰਦੇ ਨੇ, ਅਤੇ ਫਿਰ ਉੱਥੇ ਅਫਸਰਾਂ ਨੂੰ ਅਫਸਰ ਆਉਂਦੇ ਨੇ, ਅਫਸਰ ਸਾਹਿਬਾਨ ਆਉਂਦੇ ਨੇ, ਉਹਨਾਂ ਨੂੰ ਕਈ ਵਾਰ ਉਹ ਨੌਲੇਜ ਨਹੀਂ ਹੁੰਦੀ ਜਾਂ ਕਿਵੇਂ ਵੀ ਹੈ, ਉਹਦੇ ਉੱਤੇ ਉਹ ਉਹਦੇ ਦਾ ਨੋਟਿਸ ਦਿੰਦੇ ਨੇ ਸਰ। ਸੀਐਮ ਮਾਨ ਨੇ ਕਿਹਾ ਕਿ ਜਦੋਂ ਵੀ ਕਿਸਾਨਾਂ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਖੇਤੀ ਮਾਹਰਾਂ ਦੀ ਸਲਾਹ ਲੈਣ, ਤੇ ਹਰ ਟਾਈਮ ਖੇਤੀ ਮਾਹਰ ਉਹਨਾਂ ਦੀ ਮਦਦ ਕਰਨ ਲਈ ਤਿਆਰ ਬੈਠੇ ਹੋਣਗੇ। ਇਸ ਤਰ੍ਹਾਂ ਸੀਐਮ ਮਾਨ ਵੱਲੋਂ ਪਿਛਲੀਆਂ ਸਰਕਾਰਾਂ ਤੇ ਵੀ ਨਿਸ਼ਾਨੇ ਸਾਧੇ ਗਏ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ
naibtehsildar.com P5 चैनल पंजाबी हुणे सब्सक्राइब करो, बेल आइकन पे क्लिक करो। निडर हां, निरपक्ष रहा, आजाद हां, सच कहां, गल करांगे सियासी हवा दी, होणगे हुकमरानां नूं सिद्धे सवाल, सब तो पहलां पहुंचावांगे तुहाडे तक सिर्फ सच्ची खबर, दसांगे कौन कर रहा है थोड़े ते सफर, विदेशां च बैठे पंजाबियां दे हक दी करांगे गल, कनेडा दी हर सियासी खबर लेके आवांगे तुहाडे वल, उभरांगे पंजाब दी आवाज बनके, होणगे हर पहलू ते रोज चर्चे, खोलांगे अंदरूनी राज, बणांगे बुलंद आवाज, खेड सिक्ख्या सेहत खेती दी बात पावांगे, हर पिंड हर शहर जावांगे, मनोरंजन नाल जुड़े कलाकारां नाल करवावांगे मुलाकात, संघर्षां वाली जिंदगी ते मारांगे चाल, की ने साडे कानून फर्ज ते अधिकार, की करदी है साडी सरकार, की है तुहाडी मुश्किल दा हल, D5 चैनल पंजाबी दी कचहरी च होवेगी सिर्फ लोकां दी गल, धर्म धरोहर सेहत और संस्कृति की होगी बात, अब D5 चैनल हिंदी भी होगा सर, D5 चैनल पंजाबी, अपनी धरती अपने लोक। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।